पी ना सके
कोई नीर भाग बढ़े नहीं पायो भाग बढ़े नहीं पायो तू भर भर पियो कबीर तू भर भर पियो कबीर पाल समूह सरवर भरा मैं की नदर ना आवई पाल समूह सरोवर भरा पी न सके कोई नीर मैं की नदर ना आवई बस है हबिया ना दिखाते हाया क्यों लहे पी ना सके कोई नीर दिखाते हाया क्यों लहे जा सर भीतर पाल पी ना सके कोई नीर जा सर भीतर पाल बिन भागा सत्संग न पावे बिन भागा कर्म अमृत आन निसारे कर्म अमृत आन निसारे खिसर गयो भून पर डारे पी न सके कोई नीर सरोवर सागर समुंदर पानी दा नकनक भरे उछल रहे है पर पागहीन प्यासे लोग जियो तपत है बारो बार तप तप खपे बहुत बेकार जे तन बानी विसर जाए ओ पागहीन लोग समुंदर दे किनारे बैठे उना गरीब ते मुफलिस लोगां वांगू जेड़े भुखे भाने झुगियां विच अज भी समुंदर दे कंढे बैठे ने ओ ए नी जानदे इस समुंदर विच किन्ने पदार्थ ने भाई साहब भाई गुरदास जी ने अपनी रचना तो एक गल फरमाई कहन लगे जैसे तो सकल निद पूर्ण समुंदर बिखे समुंदर विच रतना रतन पदार्थ बहु सागर भरिया राम बाणी गुरबाणी लागे तिन हाथ चढ़िया राम ओ समुंदर रतना पदार्थां दा भरिया होया है पर कोई हंस होवे कोई मरजीवड़ा डूंगी टुब्बी खोज लई मार सके ता उसनू प्राप्त होंदे ने नहीं ता किनारे बैठे लोग भी गरीब ने भाई साहब कहंदे ने जैसे तो सकल निद पूर्ण समुंदर बिखे हंस मरजीवा नेचे प्रसाद पावे जैसे बन बिखे मलियागर सोदा कपूर सोध के सुबासी सुबास बैसावे जैसे पर्वत बिखे हीरा मानिक पारस सिद्ध खनवारा खान जग विखे प्रगटावई ते आखरी लाइन विच कहंदे ने तैसे गुरबाणी विखे सकल पदार्थ है गुरबाणी
ਗੁਰਬਾਣੀ ਦਾ ਭਰਿਆ ਹੋਇਆ ਨਕਾ ਨਕ ਭਰਿਆ ਹੋਇਆ ਸਾਗਰ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਸਾਹਿਬ ਕਹਿੰਦੇ ਨੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਪਰ ਇੱਕ ਸ਼ਰਤ ਹੈ ਕੋਈ ਜੋਈ ਜੋਈ ਖੋਜੇ ਸੋਈ ਸੋਈ ਨਿਪ ਜਾਵੇ ਨਹੀਂ ਤਾਂ ਕਈ ਵਾਰ ਐਸਾ ਹੁੰਦਾ ਹੈ ਗੁਰੂ ਨੇ ਆਖਿਆ ਕਹਿੰਦੇ ਨੇ ਕਰਮ ਹੈ ਅੰਮ੍ਰਿਤ ਆਣ ਸਾਰੇ ਖਿਸਰ ਗਏ ਉਹ ਭੂਮ ਪਰ ਡਰੇ ਗੁਰੂ ਨੇ ਬਖਸ਼ਿਸ਼ ਕੀਤੀ ਸਾਡੀ ਝੋਲੀ ਇਹ ਅੰਮ੍ਰਿਤ ਦਾ ਚਸ਼ਮਾ ਅੰਮ੍ਰਿਤ ਦਾ ਸਾਗਰ ਆਪਣੀ ਹੱਥੀ ਪਾਇਆ ਪਰ ਅਸੀਂ ਆਪਣੀ ਪਿਆਸ ਨਾ ਬੁਝਾ ਸਕੇ ਅੱਜ ਵੀ ਇਸਦੇ ਕਿਨਾਰੇ ਬੈਠੇ ਇਸਨੂੰ ਮੱਥਾ ਟੇਕਦੇ ਤੜਪ ਰਹੇ ਹਾਂ ਦੁੱਖਾਂ ਵਿੱਚ ਵਿਕਾਰਾਂ ਦੀ ਅਗਨੀ ਵਿੱਚ ਈਰਖਾ ਦੁਆਖਤਾ ਦੀ ਅਗਨੀ ਵਿੱਚ ਗੁਰੂ ਕਹਿੰਦੇ ਨੇ ਇਸ ਸਾਗਰ ਨਾਲ ਰਿਸ਼ਤਾ ਕੇਵਲ ਹੰਸ ਤੇ ਮਰਜੀਵੇ ਦਾ ਹੈ ਸਤਿਗੁਰੂ ਕਹਿੰਦੇ ਨੇ ਸਿੱਖ ਹੰਸ ਸਰਵਰ ਇਕੱਠੇ ਹੋਏ ਨਹੀਂ ਤਾਂ ਸੰਖ ਸਮੁੰਦੋਂ ਸੱਖ ਨਾ ਰੋਵੇ ਦੇ ਤਾਹੀ ਭਾਈ ਗੁਰਦਾਸ ਕਹਿੰਦੇ ਨੇ ਸੰਖ ਨੂੰ ਮੈਂ ਕਿਸੇ ਠਾਕਰ ਦੁਆਰੇ ਸ਼ਿਵ ਦੁਆਲੇ ਕਿਸੇ ਗੁਰਦੁਆਰੇ ਧਰਮਸਾਲ ਦੇ ਦਰਵਾਜ਼ੇ ਤੇ ਸੰਖ ਵੱਜਦਾ ਵੇਖਿਆ ਤੇ ਮੈਨੂੰ ਦੀ ਆਵਾਜ਼ ਵਿੱਚੋਂ ਮਨ ਨੂੰ ਕਿਸੇ ਦੁਖੀ ਦੇ ਤਾਹਾਂ ਦਾ ਮਹਿਸੂਸ ਹੋਇਆ ਮੈਂ ਸੰਖ ਕੋਲੋਂ ਪੁੱਛਿਆ ਇਸ ਦਰਵਾਜ਼ੇ ਤੇ ਕਿਉਂ ਰੋ ਰਿਹਾ ਉਹ ਕਹਿੰਦਾ ਮੈਂ ਇਸ ਲਈ ਰੋ ਰਿਹਾ ਕਿ ਜਿਸ ਸਮੁੰਦਰ ਵਿੱਚ ਜਿਸ ਸਾਗਰ ਵਿੱਚ ਮੇਰੀ ਰਿਹਾਇਸ਼ ਸੀ ਜਿਹਦਾ ਮੇਰੇ ਨਾਲ ਸੰਬੰਧ ਸੀ ਉਹ ਤਾਂ ਰਤਨਾਂ ਪਦਾਰਥਾਂ ਕੀਮਤ ਵਸਤੂਆਂ ਨਾਲ ਭਰਿਆ ਹੋਇਆ 14 ਰਤਨਾਂ ਨਾਲ ਭਰਿਆ ਹੋਇਆ ਸੀ ਪਰ ਮੈਂ ਉਹਦੇ ਨਾਲ ਸੰਬੰਧ ਰੱਖਾਦਾ ਹੋਇਆ ਉਹਦੇ ਵਿੱਚ ਵਸਦਾ ਹੋਇਆ ਵੀ ਅੰਦਰੋਂ ਖਾਲੀ ਰਹਿ ਗਿਆ ਭਾਈ ਸਾਹਿਬ ਕਹਿੰਦੇ ਨੇ ਸੰਖ ਸੁਮੰਦੋਂ ਸੱਖਣਾ ਰੋਵੇ ਦੇ ਤਾਈ ਤੇ ਉਹਦਾ ਸੰਬੰਧ ਕਿਸ ਨਾਲ ਹੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੇ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਹੋਵੇ ਸਰਵਰ ਹੰਸ ਦੂਰ ਨਾ ਹੋਏ ਇਹ ਰਿਸ਼ਤਾ ਅਟੁੱਟ ਹੈ ਪਰ ਹੰਸ ਦਾ ਹੈ ਮਰਜੀਵੇ ਦਾ ਹੈ ਇਸ ਗੁਣਾਂ ਦੇ ਖਜ਼ਾਨੇ ਇਸ ਰਤਨਾ ਰਤਨ ਪਦਾਰਥ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਹਨਾਂ ਅੰਮ੍ਰਿਤ ਪਵਿੱਤਰ ਜਲ ਦੇ ਅੰਮ੍ਰਿਤ ਜਲ ਦੇ ਨਾਲ ਕਿਹੜੇ ਸਰਸਾਰ ਹੁੰਦੇ ਨੇ ਸਤਿਗੁਰ ਨੇ ਬਾਣੀ ਵਿੱਚ ਆਖਿਆ ਗੁਰੂ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਵਹਿਆ ਜਿਹੜੇ ਪੀਂਦੇ ਨੇ ਜਿਹੜੇ ਅੰਦਰ ਲੰਘਾਉਂਦੇ ਨੇ ਜਿਹੜੇ ਕੇਵਲ ਜ਼ਬਾਨੋਂ ਪੜ ਜਾਂਦੇ ਨੇ ਉਹ ਸਾਗਰਾਂ ਵਿੱਚ ਸਾਗਰਾਂ ਦੇ ਕੰਢੇ ਨਹਾਉਣ ਵਾਲਿਆਂ ਦੀ ਗਿਣਤੀ ਤਾਂ ਬੜੀ ਹੈ ਪਰ ਉਹਨਾਂ ਰਤਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਹੈ ਸਤਿਗੁਰੂ ਕਹਿੰਦੇ ਨੇ ਹੰਸ ਸਰਵਰ ਹੰਸ ਦੂਰ ਨਾ ਹੋਈ ਕਰਤੇ ਐਵੇਂ ਬਹਾਵੇ ਨਾਨਕ ਜਿਸ ਦੇ ਮਸਤਕ ਭਾਗ ਧੁਰ ਲਿਖਿਆ ਇਹੋ ਹੀ ਗੱਲ ਬਾਬਾ ਕਬੀਰ ਜੀ ਨੇ ਆਖੀ ਭਾਗ ਬੜੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ ਇੱਥੇ ਸਤਿਗੁਰੂ ਇੱਥੇ ਵੀ ਕਹਿੰਦੇ ਨੇ ਨਾਨਕ ਜਿਸਦੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਿਆਵੇ ਉਹ ਗੁਰਸਿੱਖ ਵੀਰੋ ਸਤਸੰਗਿਓ ਭਾਵੇਂ ਗੁਰੂ ਗ੍ਰੰਥ ਦੇ ਖਾਲਸਾ ਪੰਥ ਦੇ ਨਾਲ ਸੰਬੰਧਿਤ ਰੱਖ ਭਾਵੇਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਦੇ ਸਤਸੰਗ ਨਾਲ ਸੰਬੰਧ ਰੱਖਦੇ ਹੋ ਭਲੇ ਹੋ ਭਾਗਾਂ ਵਾਲੇ ਹੋ ਤੁਹਾਨੂੰ ਗੁਰੂ ਨੇ ਗੁਰਬਾਣੀ ਰੂਪੀ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ ਇਸਦਾ ਆਨੰਦ ਮਾਣ ਰਿਹਾ ਅੱਜ ਦੇ ਹਾਲਾਤਾਂ ਵਿੱਚ ਵੀ ਜਦੋਂ ਕੋਈ ਗੁਰਦੁਆਰੇ ਤੱਕ ਕਿਸੇ ਧਰਮ ਅਸਥਾਨ ਤੱਕ ਜਾ ਨਹੀਂ ਸਕਦਾ ਭਾਵੇਂ ਇਸੇ ਸਾਧਨ ਰਾਹੀਂ ਆਨਲਾਈਨ ਪਰ ਫਿਰ ਵੀ ਗੁਰਬਾਣੀ ਨਾਲ ਜੁੜੇ ਹੋਏ ਭਾਗਹੀਣ ਦੀ ਨਿਸ਼ਾਨੀ ਨਹੀਂ ਭਾਗਾਂ ਵਾਲੇ ਦੀ ਨਿਸ਼ਾਨੀ ਨਹੀਂ ਤਾਂ ਭਾਗਹੀਣ ਲੋਕ ਮੈਂ ਦੇਖ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬੜੀ ਪੁਰਾਣੀ ਆਖ ਕੇ ਇਹਦੀ ਵਡਿਆਈ ਇਸਦੀ ਮਹਾਨਤਾ ਨੂੰ ਨਹੀਂ ਸਮਝਦੇ ਉਹ ਕਹਿੰਦੇ ਨੇ ਪੁਰਾਣੀ ਹੋ ਚੁੱਕੀ ਹੈ ਹੁਣ ਇਸਦੀ ਲੋੜ ਨਹੀਂ
ਇਉਂ ਉਹ ਲੋਕ ਗੁਰਬਾਣੀ ਦੇ ਅੰਮ੍ਰਿਤ ਸਮੁੰਦਰ ਕੰਢੇ ਬੈਠੇ ਵੀ ਈਰਖਾ ਦਵੈਖਤਾ ਅਤੇ ਵਿਕਾਰਾਂ ਦੀ ਤਪਤ ਵਿੱਚ ਪਿਆਸੇ ਹੀ ਤੜਪ ਰਹੇ ਨੇ। ਗੁਰੂ ਉਹਨਾਂ ਨੂੰ ਵੀ ਸਮਤ ਬਖਸ਼ੇ, ਅਰਦਾਸ ਕਰੋ ਗੁਰੂ ਉਹਨਾਂ ਨੂੰ ਵੀ ਸਮਤ ਬਖਸ਼ੇ ਕਿ ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਉਹ ਵੀ ਆਪਣੇ ਜੀਓ ਇਸ ਬਾਣੀ ਦੇ ਆਨੰਦ ਨੂੰ, ਇਸ ਬਾਣੀ ਦੇ ਰਸ ਨੂੰ ਜਾਣ ਕੇ ਮਾਣ ਸਕਣ ਤੇ ਆਪਣਾ ਜੀਵਨ ਪਵਿੱਤਰ ਕਰ ਸਕਣ। ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ, ਕਬੀਰ ਪਾਲ ਸਮੂਹਾ ਸਰਵਰ ਭਰਾ, ਕੰਢਿਆਂ ਤੱਕ ਕਿਨਾਰਿਆਂ ਤੱਕ ਭਰਿਆ ਹੋਇਆ ਸਮੁੰਦਰ ਪਦਾਰਥਾਂ ਦਾ, ਅੰਮ੍ਰਿਤ ਦੇ ਪਵਿੱਤਰ ਜਲ ਦਾ ਭਰਿਆ ਹੋਇਆ ਹੈ, ਪਰ ਬਦਕਿਸਮਤ ਲੋਕ ਪੀ ਨਾ ਸਕੇ ਕੋਈ ਨੀਚ, ਤੜਪ ਰਹੇ ਨੇ ਅੱਜ ਵੀ ਈਰਖਾ ਦਵੈਖਤਾ ਦੀ ਅਗਨੀ ਵਿੱਚ ਭਟਕ ਰਿਹਾ, ਵਿਕਾਰਾਂ ਦੀ ਅਗਨ ਵਿੱਚ ਤਪਤ ਵਿੱਚ ਭਟਕ ਰਹੇ ਨੇ। ਸਤਿਗੁਰੂ ਕਹਿੰਦੇ ਨੇ ਪੀ ਨਾ ਸਕੇ ਕੋਈ ਨੀਚ, ਇਸ ਅੰਮ੍ਰਿਤ ਬਾਣੀ ਦਾ ਰਸ ਠੰਡਕ ਸ਼ੀਤਲਤਾ ਕੋਈ ਮਾਣ ਨਹੀਂ ਸਕਿਆ, ਇਹ ਬਦਕਿਸਮਤੀ ਦੀ ਨਿਸ਼ਾਨੀ ਹੈ ਸੰਸਾਰ ਦੀ। ਪਰ ਬਾਬਾ ਕਬੀਰ ਜੀ ਨੇ ਅਗਲੀ ਲਾਈਨ ਵਿੱਚ ਆਖਿਆ, ਕਹਿਣ ਲੱਗੇ ਭਾਗਾਂ ਵਾਲੇ ਨੇ ਉਹ ਲੋਕ, ਭਾਗ ਵੱਡੇ ਤੈ ਪਾਏ, ਬੜੇ ਭਾਗਾਂ ਵਾਲੇ ਲੋਕ ਨੇ ਜਿਹੜੇ ਅੱਜ ਵੀ ਇਸ ਤਪਤ ਤੋਂ ਬਚਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਜੁੜ ਕੇ ਇਹਦੀ ਵਿਚਾਰ ਇਹਦੀ ਅਗਵਾਈ ਵਿੱਚ ਆਪਣਾ ਜੀਵਨ ਢਾਲਦੇ ਨੇ। ਸਤਿਗੁਰੂ ਨੇ ਬਾਬਾ ਕਬੀਰ ਜੀ ਦੀ ਰਚਨਾ ਤੋਂ ਵੀ ਇਹੋ ਗੱਲ ਆਖੀ, ਕਹਿਣ ਲੱਗੇ ਪਾਲ ਸਮੂਹ ਸਰਵਰ ਭਰਾ, ਪਾਲ ਸਮੂਹ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ, ਪੀ ਨਾ ਸਕੇ ਕੋਈ ਨੀਰ, ਭਾਗ ਬਣੇ ਤੈ ਪਾਇਓ, ਭਾਗ ਬਣੇ ਤੈ ਪਾਇਓ, ਤੂੰ ਬਹਰ ਬਹਰ ਪੀਓ ਕਬੀਰ, ਤੂੰ ਭਰ ਭਰ ਪੀਓ ਕਬੀਰ, ਪੀ ਨਾ ਸਕੇ ਕੋਈ ਨੀਰ, ਪਾਲ ਸਮੂਹ ਸਰਵਰ ਭਲਾ, ਪਾਲ ਸਮੂਹ ਸਰਵਰ ਭਰਾ, ਪਾਲ ਸਮੂਹ ਸਰਵਰ ਭਰਾ, ਸਰਵਰ ਭਰਾ, ਸਰਵਰ ਭਰਾ, ਨਕਨਕ ਭਰਿਆ ਹੋਇਆ ਅੰਮ੍ਰਿਤ ਜਲ ਦਾ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਿਸ ਦੇ ਦਰਵਾਜ਼ੇ ਦਾ ਬੋਰਡ ਉਹ ਭਰਿਆ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ, ਉਹਦੇ ਪਵਿੱਤਰ ਅੰਮ੍ਰਿਤ ਜਲ ਨਾਲ ਆਪਣੇ ਜੀਵਨ ਨੂੰ ਸ਼ੀਤਲ ਕਰ। ਕਿਉਂ ਤੜਪ ਰਿਹਾ, ਕਿਉਂ ਦੁਖੀ ਹੋ ਰਿਹਾ, ਵਿਸ਼ਵਾਸ ਕਰ ਜਿਸ ਕੋਲ ਅੰਮ੍ਰਿਤ ਬਾਣੀ ਦਾ ਸਹਾਰਾ ਹੋਵੇ ਉਹਨੂੰ ਜੀਵਨ ਅੰਦਰ ਕਦੀ ਵੀ ਪਰੇਸ਼ਾਨੀਆਂ ਪਰੇਸ਼ਾਨ ਨਹੀਂ ਕਰ ਸਕਦੀਆਂ, ਆਉਂਦੀਆਂ ਨੇ ਲੰਘ ਜਾਂਦੀਆਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣ ਵਾਲੀ ਅਵਸਥਾ ਬਾਣੀ ਅੰਮ੍ਰਿਤ ਦਿੰਦਾ, ਸੋ ਰਹਿਮਤ ਤੇ ਬਖਸ਼ਿਸ਼ ਹੈ ਸਤਿਗੁਰੂ ਦੀ ਸਿੱਖੀ ਤੇ ਜਿਨ੍ਹਾਂ ਨੂੰ ਗੁਰੂ ਨੇ
अमृत बाणी दा खजाना श्री गुरु ग्रंथ साहिब दे लड़ ला के श्री गुरु ग्रंथ साहिब दी बाणी दी अगवाई झोली पाई है ताकि जीवन सफल हो सके। इन्हां शब्दां नाल खिमा दा जाचे कहां फतेह बुलाओ। वाहिगुरु जी का खालसा वाहिगुरु जी की फतेह।